ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੀ 10ਵੀਂ ਕਲਾਸ ਦੀ ਅਗਲੀ ਵਰਕਸ਼ੀਟ ਕਰਨ ਜਾ ਰਹੇ ਹਾਂ ਪਾਠ ਨੰਬਰ 13 ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਹਾਂਜੀ ਦੇਖੋ ਬੱਚੇ ਪਹਿਲਾ ਪ੍ਰਸ਼ਨ ਅਧਿਆਪਕ ਨੇ ਅੱਜ ਕਲਾਸ ਵਿੱਚ ਦੱਸਿਆ ਕਿ ਬਿਜਲੀ ਧਾਰਾ ਦੇ ਕਈ ਪ੍ਰਭਾਵ ਹੁੰਦੇ ਹਨ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਧਾਰਾ ਦਾ ਇੱਕ ਪ੍ਰਭਾਵ ਹੈ? ਤਾਪਨ ਪ੍ਰਭਾਵ, ਚੁੰਬਕੀ ਪ੍ਰਭਾਵ, ਰਸਾਇਣਿਕ ਪ੍ਰਭਾਵ। ਤਾਂ ਬੱਚੇ ਦੇਖੋ ਬਿਜਲੀ ਧਾਰਾ ਦੇ ਇਹ ਸਾਰੇ ਪ੍ਰਭਾਵ ਹੁੰਦੇ ਨੇ। ਬਿਜਲੀ ਧਾਰਾ ਦਾ ਤਾਪਨ ਪ੍ਰਭਾਵ ਵੀ ਹੁੰਦਾ ਹੈ, ਚੁੰਬਕੀ ਪ੍ਰਭਾਵ ਵੀ ਹੁੰਦਾ ਹੈ ਤੇ ਰਸਾਇਣਿਕ ਪ੍ਰਭਾਵ ਵੀ ਹੁੰਦਾ ਹੈ। ਤਾਂ ਇਸ ਦੇ ਦਾ ਸਹੀ ਜਵਾਬ ਕਿਹਾ ਜਾਏਗਾ, ਇਹਦਾ ਸਹੀ ਜਵਾਬ ਆਏਗਾ ਬੱਚੇ ਉਪਰੋਕਤ ਸਾਰੇ। ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਅਸੀਮ ਨੇ ਅੱਜ ਇੱਕ ਕਿਰਿਆ ਦੌਰਾਨ ਵੇਖਿਆ ਕਿ ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਬਲ ਲੱਗਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਯੰਤਰ ਉਪਰੋਕਤ ਸਿਧਾਂਤ ਤੇ ਕੰਮ ਕਰਦਾ ਹੈ ਹਾਂਜੀ ਬੱਚੇ ਇਹਨਾਂ ਦੇ ਵਿੱਚੋਂ ਕਿਹੜਾ ਯੰਤਰ ਹੈ ਜਿਹੜਾ ਇਸ ਸਿਧਾਂਤ ਤੇ ਕੰਮ ਕਰਦਾ ਹੈ ਕਿ ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਬਲ ਲੱਗਦਾ ਹੈ ਤਾਂ ਬੱਚਿਓ ਕਿਹੜਾ ਯੰਤਰ ਹੈ ਉਹ ਹੈ ਬੱਚੇ ਮੋਟਰ অপਸ਼ਨ ਈਡੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਲੱਗਣ ਵਾਲੇ ਬਲ ਦੀ ਦਿਸ਼ਾ ਕਿਸ ਨਿਯਮ ਨਾਲ ਪਤਾ ਕੀਤੀ ਜਾ ਸਕਦੀ ਹੈ ਹਾਂਜੀ ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਲੱਗਣ ਵਾਲੇ ਬਲ ਦੀ ਦਿਸ਼ਾ ਆਪਾਂ ਕਿਸ ਨਿਯਮ ਨਾਲ ਪਤਾ ਕਰ ਸਕਦੇ ਹਾਂ ਬੱਚੇ ਉਹ ਨਿਯਮ ਹੈ ਫਲੇਮਿੰਗ ਦਾ ਖੱਬਾ ਹੱਥ ਨਿਯਮ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਪਾਵਰ ਕੱਟ ਦੌਰਾਨ ਸਕੂਲ ਵਿੱਚ ਜਨਰੇਟਰ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਸੁਨੀਲ ਸੋਚਦਾ ਹੈ ਕਿ ਜਨਰੇਟਰ ਕਿਸ ਸਿਧਾਂਤ ਉੱਤੇ ਕੰਮ ਕਰਦਾ ਹੈ ਹੇਠ ਲਿਖਿਆਂ ਵਿੱਚੋਂ ਸਹੀ ਉੱਤਰ ਚੁਣ ਕੇ ਸੁਨੀਲ ਦੀ ਸਹਾਇਤਾ ਕਰੋ ਹਾਂਜੀ ਬੱਚੇ ਜਿਹੜਾ ਜਨਰੇਟਰ ਹੈ ਇਹ ਕਿਸ ਸਿਧਾਂਤ 'ਤੇ ਕੰਮ ਕਰਦਾ ਹੈ ਇਹ ਹੈ ਬਿਜਲ ਚੁੰਬਕੀ ਪ੍ਰੇਰਣ ਆਪਸ਼ਨ ਊੜਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਬਿਜਲੀ ਚੁੰਬਕੀ ਪ੍ਰੇਰਣ ਕਿਰਿਆ ਦੌਰਾਨ ਸਰੀਤਾ ਨੇ ਅਧਿਆਪਕ ਦੁਆਰਾ ਹੇਠਾਂ ਵਿਖਾਏ ਯੰਤਰ ਦੀ ਵਰਤੋਂ ਕਰਦੇ ਵੇਖਿਆ ਚਿੱਤਰ ਵੇਖ ਕੇ ਯੰਤਰ ਨੂੰ ਪਛਾਣੋ ਹਾਂਜੀ ਬੱਚੇ ਦੇਖੋ ਇਹ ਇੱਕ ਮੀਟਰ ਹੈ ਇਸ ਦੇ ਵਿੱਚ ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਕੀ ਲਿਖਿਆ ਜੀ ਤਾਂ ਜੀ ਤੋਂ ਬੱਚੇ ਕਿਹੜਾ ਮੀਟਰ ਹੁੰਦਾ ਹੈਗਾ ਉਹ ਹੈ ਬੱਚੇ ਗਲਵੈਨੋਮੀਟਰ ਤਾਂ ਇਹ ਚਿੱਤਰ ਕਿਸ ਮੀਟਰ ਦਾ ਹੈਗਾ ਇਹ ਹੈ ਗਲਵੈਨੋਮੀਟਰ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਬਿਜਲੀ ਬਿਜਲੀ ਸਰਕਟਾਂ ਨੂੰ ਸ਼ਾਰਟ ਸਰਕਟਿੰਗ ਅਤੇ ਓਵਰਲੋਡਿੰਗ ਤੋਂ ਬਚਾਉਣ ਲਈ ਇੱਕ ਯੰਤਰ ਦਾ ਉਪਯੋਗ ਹੁੰਦਾ ਹੈ ਉਸ ਯੰਤਰ ਦਾ ਕੀ ਨਾਮ ਹੈ ਤਾਂ ਬੱਚੇ ਉਹ ਯੰਤਰ ਜਿਹੜਾ ਬਿਜਲੀ ਸਰਕਟਾਂ ਨੂੰ ਸ਼ਾਰਟ ਸਰਕਟਿੰਗ ਅਤੇ ਓਵਰਲੋਡਿੰਗ ਤੋਂ ਬਚਾਉਂਦਾ ਹੈਗਾ ਉਸ ਦਾ ਕੀ ਨਾਮ ਹੈ ਬੱਚੇ ਉਹ ਹੁੰਦਾ ਹੈ ਫਿਊਜ਼ ਆਪਸ਼ਨ ਈ ਡੀ ਫਿਊਜ਼ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਅਸੀਂ ਆਪਣੇ ਘਰ ਵਿੱਚ ਭਰਤਵੀ ਬਿਜਲੀ ਸ਼ਕਤੀ 220 ਵੋਲਟ ਤੇ ਪ੍ਰਾਪਤ ਕਰਦੇ ਹਾਂ ਇਸ ਦੀ ਆਵਰਤੀ ਕਿੰਨੀ ਹੁੰਦੀ ਹੈ ਹਾਂਜੀ ਬੱਚੇ 220 ਵੋਲਟ ਦੀ ਆਵਰਤੀ ਕਿੰਨੀ ਹੁੰਦੀ ਹੈ ਇਹ ਹੁੰਦੀ ਹੈ 50 ਹਰਟਸ ਆਪਸ਼ਨ ਈਡੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲੀ ਧਾਰਾ ਦਾ ਮਾਣ ਹਾਂਜੀ ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲੀ ਧਾਰਾ ਦਾ ਮਾਣ ਹੈ ਜਿਹੜਾ ਕੀ ਹੋ ਜਾਂਦਾ ਬੱਚੇ ਬਹੁਤ ਅधिक ਵਧ ਜਾਂਦਾ ਹੈ অপশন ইডি हां जी ਅਗਲਾ ਪ੍ਰਸ਼ਨ ਦੇਖੋ ਬਿਜਲੀ ਮੋਟਰ ਕਿਸ ਸਿਧਾਂਤ ਤੇ ਕੰਮ ਕਰਦੀ ਹੈ हां जी ਬੱਚੇ ਜਿਹੜੀ ਬਿਜਲੀ ਮੋਟਰ ਹੈ ਇਹ ਕਿਸ ਸਿਧਾਂਤ ਤੇ ਕੰਮ ਕਰਦੀ ਹੈ ਇਹ ਕੰਮ ਕਰਦੀ ਹੈ ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਤੇ অপশন ਆੜਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ 헤ਠਾਂ ਵਿਖਾਏ ਚਿੱਤਰ ਵਿੱਚ ਕਿਹੜਾ ਨਿਯਮ ਦਰਸਾਇਆ ਗਿਆ ਹੈ ਹਾਂਜੀ ਬੱਚੇ ਤੁਸੀਂ ਇਹ ਚਿੱਤਰ ਦੇਖ ਰਹੇ ਹੋ ਇਸ ਚਿੱਤਰ ਦੇ ਵਿੱਚ ਕਿਹੜਾ ਨਿਯਮ ਦਰਸਾਇਆ ਗਿਆ ਹੈਗਾ ਇਹ ਹੈਗਾ ਸੱਜੇ ਹੱਥ ਦਾ ਅੰਗੂਠਾ ਨਿਯਮ ਆਪਸ਼ਨ ਉੜਾ ਹਾਂਜੀ ਅਗਲਾ ਪ੍ਰਸ਼ਨ ਹੈ ਚੁੰਬਕੀ ਬਲ ਰੇਖਾਵਾਂ ਆਪਸ ਵਿੱਚ ਇੱਕ ਦੂਜੇ ਨੂੰ ਕੱਟਦੀਆਂ ਹਨ ਕਦੇ ਨਹੀਂ ਕੱਟਦੀਆਂ ਕੱਟ ਵੀ ਸਕਦੀਆਂ ਹਨ ਅਤੇ ਨਹੀਂ ਵੀ ਕੁਝ ਕਹਿ ਨਹੀਂ ਸਕਦੇ ਤਾਂ ਬੱਚੇ ਦੇਖੋ ਚੁੰਬਕੀ ਬਲ ਰੇਖਾਵਾਂ ਨੇ ਜਿਹੜੀਆਂ ਇਹ ਆਪਸ ਵਿੱਚ ਇੱਕ ਦੂਜੇ ਨੂੰ ਕਦੇ ਨਹੀਂ ਕੱਟਦੀਆਂ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਆਪਣਾ ਅਗਲਾ ਪ੍ਰਸ਼ਨ ਹੈ ਹੇਠਾਂ ਵਿਖਾਏ ਯੰਤਰ ਨੂੰ ਪਛਾਣੋ ਹਾਂਜੀ ਬੱਚੇ ਇਹ ਜਿਹੜਾ ਨੀਚੇ ਯੰਤਰ ਦਿਖਾਇਆ ਗਿਆ ਇਹ ਇਹਦਾ ਕੀ ਨਾਮ ਹੈ ਇਹਨੂੰ ਕੀ ਕਹਿੰਦੇ ਆਪਾਂ ਇਹ ਹੁੰਦੀ ਹੈ ਚੁੰਬਕੀ ਕੰਪਾਸ ਆਪਸ਼ਨ ਈਡੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਕਿਸੇ ਛੜ ਚੁੰਬਕ ਵਿੱਚ ਚੁੰਬਕੀ ਖੇਤਰ ਸਭ ਤੋਂ ਜ਼ਿਆਦਾ ਕਿੱਥੇ ਹੁੰਦਾ ਹੈ ਹਾਂਜੀ ਬੱਚੇ ਸੀ ਜਾਣਦੇ ਆ ਕਿ ਛੜ ਚੁੰਬਕ ਵਿੱਚ ਚੁੰਬਕੀ ਖੇਤਰ ਜਿਹੜਾ ਸਭ ਤੋਂ ਜ਼ਿਆਦਾ ਕਿੱਥੇ ਹੁੰਦਾ ਹੈਗਾ ਚੁੰਬਕ ਦੇ ਧਰੁਵਾਂ ਤੇ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਚੁੰਬਕੀ ਬਲ ਰੇਖਾਵਾਂ ਹਮੇਸ਼ਾ ਹਾਂਜੀ ਚੁੰਬਕੀ ਬਲ ਰੇਖਾਵਾਂ ਨੇ ਜਿਹੜੀਆਂ ਇਹ ਹਮੇਸ਼ਾ ਉੱਤਰੀ ਧਰੁਵ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਦੱਖਣੀ ਧਰੁਵ ਤੇ ਸਮਾਪਤ ਹੁੰਦੀਆਂ ਹਨ অপਸ਼ਨ ਊੜਾ ਤਾਂ ਬੱਚੇ ਇੱਥੇ ਇੱਕ ਗੱਲ ਹੋਰ ਦੱਸਣ ਵਾਲੀ ਹੈ ਕਿ ਕੁਐਸਚਨ ਦੇ ਵਿੱਚ ਹੈ ਚੁੰਬਕੀ ਬਲ ਰੇਖਾਵਾਂ ਹਮੇਸ਼ਾ ਤਾਂ ਜਿਹੜੀਆਂ ਚੁੰਬਕੀ ਬਲ ਰੇਖਾਵਾਂ ਨੇ ਇਹ ਹਮੇਸ਼ਾ ਚੁੰਬਕ ਦੇ ਬਾਹਰ ਦੀ ਜੇ ਆਪਾਂ ਗੱਲ ਕਰੀਏ ਇਹ ਹਮੇਸ਼ਾ ਉੱਤਰੀ ਧਰੁਵ ਤੋਂ ਸ਼ੁਰੂ ਹੁੰਦੀਆਂ ਨੇ ਤੇ ਦੱਖਣੀ ਧਰੁਵ ਤੇ ਸਮਾਪਤ ਹੁੰਦੀਆਂ ਨੇ ਪਰ ਜੇ ਆਪਾਂ ਚੁੰਬਕ ਦੇ ਅੰਦਰ ਗੱਲ ਕਰੀਏ ਤਾਂ ਇਹ ਦੱਖਣੀ ਧਰੁਵ ਤੋਂ ਸ਼ੁਰੂ ਹੋ ਕੇ ਉੱਤਰੀ ਧਰੁਵ ਤੇ ਉੱਤਰੀ ਧਰੁਵ ਤੱਕ ਜਾਂਦੀਆਂ ਨੇ ਪਰ ਇਹਨਾਂ ਨੇ ਇਸ ਕੁਐਸਚਨ ਦੇ ਵਿੱਚ ਪੁੱਛਿਆ ਕਿ ਚੁੰਬਕੀ ਬਲ ਰੇਖਾਵਾਂ ਹਮੇਸ਼ਾ ਇਹਨਾਂ ਨੇ ਇਹ ਨਹੀਂ ਪੁੱਛਿਆ ਕਿ ਚੁੰਬਕ ਦੇ ਅੰਦਰ ਕਿਧਰੋਂ ਕਿਧਰ ਨੂੰ ਜਾਂਦੀਆਂ ਨੇ ਤਾਂ ਇਸ ਲਈ ਇਹਦਾ ਸਹੀ ਜਵਾਬ ਹੋਏਗਾ ਕਿ ਚੁੰਬਕੀ ਬਲ ਰੇਖਾਵਾਂ ਹਮੇਸ਼ਾ ਉੱਤਰੀ ਧਰੁਵ ਤੋਂ ਸ਼ੁਰੂ ਹੁੰਦੀਆਂ ਹਨ ਤੇ ਦੱਖਣੀ ਧਰੁਵ ਤੇ ਸਮਾਪਤ ਹੁੰਦੀਆਂ ਹਨ ਤਾਂ ਚੁੰਬਕੀ ਬਲ ਰੇਖਾਵਾਂ ਚੁੰਬਕ ਦੇ ਬਾਹਰ ਹਮੇਸ਼ਾ ਉੱਤਰੀ ਧਰੁਵ ਤੋਂ ਸ਼ੁਰੂ ਹੁੰਦੀਆਂ ਨੇ ਅਤੇ ਦੱਖਣੀ ਧਰੁਵ ਤੇ ਸਮਾਪਤ ਹੁੰਦੀਆਂ ਹਨ। ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਹਾਂਜੀ ਅਗਲਾ ਪ੍ਰਸ਼ਨ ਹੈ। ਹੇਠ ਲਿਖਿਆਂ ਵਿੱਚੋਂ ਸਥਾਈ ਚੁੰਬਕ ਬਣਾਉਣ ਲਈ ਸਭ ਤੋਂ ਉਪਯੋਗਤ ਹੈ ਲੋਹਾ, ਤਾਂਬਾ, ਐਲੂਮੀਨੀਅਮ ਜਾਂ ਐਲਨਿਕੋ। ਤਾਂ ਬੱਚੇ ਇਹਨਾਂ ਦੇ ਵਿੱਚੋਂ ਸਥਾਈ ਚੁੰਬਕ ਬਣਾਉਣ ਲਈ ਸਭ ਤੋਂ ਉਪਯੁਕਤ ਕਿਹੜਾ ਹੈਗਾ ਉਹ ਹੈ ਬੱਚੇ ਐਲ ਨੀਕੋ ਐਲੂਮੀਨੀਅਮ ਨਿਕਲ ਕੋਬਾਲਟ ਐਲ ਨੀਕੋ ਐਲ ਨੀਕੋ ਜਿਹੜਾ ਹੈ ਐਲੂਮੀਨੀਅਮ ਨਿਕਲ ਤੇ ਕੋਬਾਲਟ ਦਾ ਮਿਸ਼ਰਣ ਹੈ ਤਾਂ ਇਹ ਐਲ ਨੀਕੋ ਜਿਹੜਾ ਹੈ ਇਹ ਸਥਾਈ ਚੁੰਬਕ ਬਣਾਉਣ ਲਈ ਸਭ ਤੋਂ ਉਪਯੁਕਤ ਹੈ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਚੁੰਬਕ ਦੁਆਰਾ ਆਕਰਸ਼ਿਤ ਨਹੀਂ ਹੁੰਦਾ ਲੋਹਾ ਕੋਬਾਲਟ ਨਿੱਕਲ ਤਾਂਬਾ ਤਾਂ ਬੱਚੇ ਇਹਨਾਂ ਦੇ ਵਿੱਚੋਂ ਜਿਹੜਾ ਚੁੰਬਕ ਦੁਆਰਾ ਆਕਰਸ਼ਿਤ ਨਹੀਂ ਹੁੰਦਾ ਉਹ ਹੁੰਦਾਗਾ ਬੱਚੇ ਤਾਂਬਾ ਆਪਸ਼ਨ ਆੜਾ ਤਾਂ ਬੱਚੇ ਇਹ ਸੀ ਆਪਣਾ ਪਾਠ ਨੰਬਰ 13 ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਤਾਂ ਬੱਚੇ ਉਮੀਦ ਕਰਦੇ ਆ ਕਿ ਤੁਹਾਨੂੰ ਇਸ ਪਾਠ ਦੇ ਜਿਹੜੇ ਵੀ ਮਲਟੀਪਲ ਚੁਆਇਸ ਕੁਐਸਚਨ ਨੇ ਉਹਨਾਂ ਸਾਰਿਆਂ ਦੇ ਸਹੀ ਉੱਤਰ ਤੁਹਾਨੂੰ ਪਤਾ ਲੱਗੇ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ